ਜਿੰਨੇ ਵੀ ਇਸ ਚੈਨਲ ਨੂੰ ਟੂਕ ਇਸ ਬਾਬਜ਼ ਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਅਤੇ ਜੀ ਆਇਆਂ ਨੂੰ। ਸਾਡੇ ਕੋਲ ਕਸਟਮਰ ਹੈ ਅੱਜ, ਇਹਨੇ ਕਦੀ ਵੀ ਉਸਤਰੇ ਦੇ ਨਾਲ ਸ਼ੇਵ ਨਹੀਂ ਕਰਾਈ ਜ਼ਿੰਦਗੀ ਦੇ ਵਿੱਚ, ਇਹ ਆਪ ਹੀ ਕਰਦਾ। ਅਤੇ ਪਹਿਲੀ ਵਾਰੀ ਇਹਨੇ ਉਸਤਰਾ ਮੂੰਹ 'ਤੇ ਲਵਾਉਣਾ ਆ, ਅਤੇ ਆਪਾਂ ਕਰਨੀ ਹੌਟ ਟਾਵਲ ਸ਼ੇਵ। ਹੌਟ ਟਾਵਲ ਸ਼ੇਵ ਦੇ ਲਈ ਤੁਸੀਂ ਪਹਿਲਾਂ ਦੇਖਿਆ, ਮੈਂ ਇਹਦੇ ਇੱਕ ਕਰੀਮ ਲਾਈ ਸੀ, ਕਰੀਮ ਜਿਹੜੀ ਉਹ ਵਾਲਾਂ ਨੂੰ, ਦਾੜੀ ਦੇ ਵਾਲਾਂ ਨੂੰ ਸੌਫਟ ਕਰ ਦਿੰਦੀ ਆ। ਅਤੇ ਉਹ ਲਾਉਣ ਤੋਂ ਬਾਅਦ ਥੋੜ੍ਹਾ ਜਿਹਾ ਆਪਾਂ ਫੇਸ ਦੀ ਮਸਾਜ ਕਰਨੀ ਆ, ਅਤੇ ਮਸਾਜ ਕਰਨ ਤੋਂ ਬਾਅਦ ਆਪਾਂ ਦੋ ਵਾਰੀ ਹੌਟ ਟਾਵਲ ਯੂਜ਼ ਕਰਨਾ ਆ। ਹੌਟ ਟਾਵਲ ਮਸ਼ੀਨ ਜੇ ਤੁਹਾਡੇ ਕੋਲ ਹੈਗੀ ਆ ਤਾਂ ਸਾਰਿਆਂ ਨੂੰ ਵਧੀਆ, ਜੇ ਨਹੀਂ ਹੈਗੀ ਤੁਸੀਂ ਘਰ ਹੀ ਕਰਦੇ ਆ ਹੌਟ ਟਾਵਲ ਸ਼ੇਵ, ਜਾਂ ਕਿਸੇ ਵੀ ਕਾਰਨ ਤੁਹਾਡੇ ਕੋਲ ਨਹੀਂ ਮਸ਼ੀਨ ਹੈਗੀ, ਤੁਸੀਂ ਪਾਣੀ ਬੋਇਲ ਕਰਕੇ ਉਹਦੇ ਵਿੱਚ ਤੌਲੀਆ ਨਿਚੋੜ ਸਕਦੇ ਹਾਂ ਅਤੇ ਹੌਟ ਟਾਵਲ ਬਣਾ ਸਕਦੇ ਹਾਂ ਟੈਂਪਰਰੀ। ਹੌਟ ਟਾਵਲ ਯੂਜ਼ ਤਾਂ ਆਪਾਂ ਕਰਦੇ ਹਾਂ, ਪਰ ਹੌਟ ਟਾਵਲ ਤੋਂ ਪਹਿਲਾਂ ਕਰੀਮ ਆਪਾਂ ਯੂਜ਼ ਕੀਤੀ ਅਤੇ ਇੱਕ ਸਪਰੇ ਮਾਰੀ ਸੀਗੀ ਦਾੜੀ ਨੂੰ, ਵਾਲਾਂ ਨੂੰ ਸੌਫਟ ਕਰਨ ਦੇ ਲਈ, ਦੋ ਚੀਜ਼ਾਂ ਆਪਾਂ ਯੂਜ਼ ਕੀਤੀਆਂ। ਅਤੇ ਹੁਣ ਤੁਸੀਂ ਦੇਖ ਰਹੇ ਹਾਂ ਦੂਜੀ ਵਾਰੀ ਹੌਟ ਟਾਵਲ ਆਪਾਂ ਕਸਟਮਰ ਦੇ ਫੇਸ 'ਤੇ ਲਾ ਰਹੇ ਹਾਂ। ਜਦੋਂ ਵੀ ਤੁਸੀਂ ਹੌਟ ਟਾਵਲ ਲਾਉਣਾ ਆ, ਤੁਸੀਂ ਕੋਸ਼ਿਸ਼ ਇਹ ਕਰਨੀ ਕਿ ਨੱਕ ਜਿਹੜਾ ਆ ਉਹ ਨੰਗਾ ਰਹੇ, ਕਿਉਂਕਿ ਕਈ ਦਫ਼ਾ ਕਿਸੇ ਨੂੰ ਸਫੋਕੇਟਿਡ ਦੀ ਪ੍ਰੋਬਲਮ ਹੋ ਸਕਦੀ ਆ, ਜਿੱਦਾਂ ਕਹਿ ਲਓ ਆਪਾਂ ਕਹਿ ਦਈਏ ਸਾਹ ਬੰਦ ਹੋਣ ਦੀ, ਜਾਂ ਹੈ ਨਾ ਦਮੇ ਦੀ, ਜਾਂ ਕਹਿ ਦਈਏ ਕੁਛ ਵੀ, ਮਤਲਬ ਉਹਨੂੰ ਉਹਦਾ ਸਾਹ ਨਹੀਂ ਰੁਕਣਾ ਚਾਹੀਦਾ। ਅਤੇ ਤੁਸੀਂ ਕੋਸ਼ਿਸ਼ ਇਹ ਕਰਨੀ ਕਸਟਮਰ ਪੂਰਾ ਕੰਫਰਟੇਬਲ ਰਹੇ। ਹੌਟ ਟਾਵਲ ਤੁਸੀਂ ਇਸ ਹਿਸਾਬ ਨਾਲ ਰੱਖਣਾ, ਕਸਟਮਰ ਨੂੰ ਪੁੱਛ ਲੈਣਾ ਕਿ ਜੇ ਜ਼ਿਆਦਾ ਗਰਮ ਆ ਤਾਂ ਮੈਨੂੰ ਪਲੀਜ਼ ਦੱਸ ਦੇਈਂ, ਮੈਂ ਉਸ ਵੇਲੇ ਲਾ ਦੂੰਗਾ, ਠੀਕ ਹੈ ਕਿ ਨਹੀਂ। ਅਤੇ ਨਾਲ ਨਾਲ ਮਾੜਾ ਮਾੜਾ ਹੱਥ ਫੇਰੀ ਜਾਣਾ ਹੌਟ ਟਾਵਲ 'ਤੇ। ਜਿਹੜੀ ਆਪਾਂ ਯੂਜ਼ ਕਰਦੇ ਹਾਂ ਸ਼ੇਵਿੰਗ ਕਰੀਮ, ਇਹ ਹੈਗੀ ਲਾਈਮ ਅਤੇ ਲੈਦਰ ਵਾਲੀ, ਇਹ ਸਾਰਿਆਂ ਤੋਂ ਵਧੀਆ ਆ। ਆਪਣੀ ਆਪਣੀ ਚੋਇਸ ਆ ਅਤੇ ਆਪਣਾ ਆਪਣਾ ਟੇਸਟ ਵੀ ਹੁੰਦਾ ਆ, ਪਰ ਮੈਂ ਇਹ ਬਿਲੀਵ ਕਰਦਾ ਲਾਈਮ ਅਤੇ ਲੈਦਰ ਦੀ ਜਿਹੜੀ ਸ਼ੇਵਿੰਗ ਕਰੀਮ ਆ, ਉਹ ਲਾਈਮ ਜਿਹੜਾ ਆ ਉਹ ਸਾਰੀ ਗਰੀਸ ਨੂੰ ਚੱਕ ਦਿੰਦਾ ਸਕਿਨ ਤੋਂ, ਅਤੇ ਜਿਹੜਾ ਲੈਦਰ ਆ ਉਹ ਫੇਸ ਨੂੰ ਪੂਰਾ ਸਮੂਥ ਰੱਖਦਾ, ਬਹੁਤ ਸਮੂਥ ਸ਼ੇਵ ਹੁੰਦੀ ਆ ਜੇ ਤੁਸੀਂ ਇਹ ਕਰੀਮ ਯੂਜ਼ ਕਰਦੇ ਹਾਂ। ਪਰ ਇਹ ਬਹੁਤ ਘੱਟ ਮਿਲਦੀ ਆ, ਇਹ ਮਿਲਦੀ ਆ ਇੱਥੋਂ ਇੰਗਲੈਂਡ ਤੋਂ, ਜਿਹੜੇ ਹੇਅਰ ਡਰੈਸਿੰਗ ਵੇਅਰ ਹਾਊਸਿਸ ਆ ਉਹਨਾਂ ਦੇ ਕੋਲੋਂ ਹੀ। ਇਹ ਪਬਲਿਕ ਲਈ ਅਲਾਊਡ ਨਹੀਂ ਹੁੰਦਾ ਜਾਣਾ, ਉੱਥੇ ਸਿਰਫ ਇਹ ਹੇਅਰ ਡਰੈਸਿਸ ਜਿਹੜੇ ਟ੍ਰੇਡਰਸ ਆ ਉਹਨਾਂ ਦੇ ਕੋਲੋਂ ਇਹ ਮਿਲਦੀ ਆ। ਅਤੇ ਮੈਂ ਬਹੁਤ ਟਰਾਈ ਕੀਤੀ ਹੋਰ ਕਿਤੇ, ਪਰ ਮੈਨੂੰ ਇਹ ਲਾਈਮ ਅਤੇ ਲੈਦਰ ਵਾਲੀ ਨਹੀਂ ਮਿਲੀ। ਅਤੇ ਪੂਰਾ ਤੁਸੀਂ ਕਸਟਮਰ ਨੂੰ ਇੰਜੋਏ ਕਰਵਾਓ ਸ਼ੇਵ, ਅਤੇ ਜੇ ਤੁਸੀਂ ਇੰਜੋਏ ਨਹੀਂ ਕਰਵਾਉਂਦੇ ਸ਼ੇਵ ਨੂੰ ਤਾਂ ਕਸਟਮਰ ਜਿਹੜਾ ਆ ਉਹ ਕਦੀ ਵੀ ਤੁਹਾਡੇ ਕੋਲ ਵਾਪਸ ਨਹੀਂ ਆਊਗਾ। ਕਸਟਮਰ ਦੀ ਸ਼ੇਵ ਕਰਨ ਲੱਗੇ, ਕਸਟਮਰ ਦਾ ਆਪਾਂ ਨਾ ਇੰਡੀਆ ਦੇ ਵਿੱਚ ਕੀ ਕਰਦੇ ਸੀ, ਕਸਟਮਰ ਦਾ ਫੇਸ ਇੱਧਰ ਨੂੰ ਕਰ ਦਿੰਦੇ ਸੀਗੇ ਇੱਕ ਸਾਈਡ ਨੂੰ ਸਾਰੀ ਸ਼ੇਵ ਕਰਨ ਦੇ ਲਈ, ਯਾਨੀ ਕਿ ਉਹਨੂੰ ਕੰਫਰਟ ਨਹੀਂ ਆਪਾਂ ਦਿੰਦੇ ਸੀਗੇ। ਮੈਂ ਗਾਂਹ ਤੁਹਾਨੂੰ ਦੱਸਣਾ ਵੀ ਆ, ਪੁਆਇੰਟ ਵੀ ਕਰਨਾ, ਮੈਂ ਨਾਲ ਨਾਲ ਸਬ ਟਾਈਟਲ ਵੀ ਦਿੱਤਾ ਇਹਦਾ ਜਿੰਨਾ ਜਿੰਨਾ ਵੀ ਮੈਂ ਕਰ ਸਕਿਆ। ਜੇ ਤੁਸੀਂ ਕੰਪੀਟੀਸ਼ਨ ਕਰ ਰਹੇ ਹਾਂ, ਕਿਸੇ ਕੰਪੀਟੀਸ਼ਨ ਦੇ ਵਿੱਚ ਆ, ਸ਼ੇਵਿੰਗ ਕੰਪੀਟੀਸ਼ਨ ਦੇ ਵਿੱਚ ਆ, ਤਾਂ ਟਰਮ ਐਂਡ ਕੰਡੀਸ਼ਨਸ ਇਹ ਹੁੰਦੀਆਂ ਵੀ ਤੁਸੀਂ ਇੱਕ ਪਾਸਾ ਚੂਜ਼ ਕਰ ਲਓ, ਚਾਹੇ ਤੁਸੀਂ ਲੈਫਟ ਹੈਂਡ 'ਤੇ ਖੜ੍ਹ ਜਾਓ, ਚਾਹੇ ਤੁਸੀਂ ਰਾਈਟ ਹੈਂਡ 'ਤੇ ਸਾਈਡ, ਜਿੱਥੇ ਵੀ ਤੁਸੀਂ ਖੜ੍ਹਨਾ ਖੜ੍ਹ ਜਾਓ, ਇੱਕ ਪਾਸੇ ਖੜ੍ਹਨਾ ਪੈਣਾ, ਅਤੇ ਇੱਕ ਪਾਸੇ ਖੜ੍ਹ ਕੇ ਤੁਸੀਂ ਪੂਰੀ ਦੀ ਪੂਰੀ ਸ਼ੇਵ ਕਰਨੀ ਆ, ਠੀਕ ਹੈ ਜੀ। ਅਤੇ ਹੁਣ ਇੱਥੇ ਮੈਂ ਐਰੋ ਦੇ ਨਾਲੇ ਤੁਹਾਨੂੰ ਪੁਆਇੰਟ ਕਰ ਰਿਹਾ ਵੀ ਜਿਹੜਾ ਆਪਾਂ ਟਿਸ਼ੂ ਯੂਜ਼ ਕਰਦੇ ਹਾਂ ਨਾ ਵਾਈਪ ਆਊਟ ਕਰਨ ਦੇ ਲਈ, ਜਿਹੜਾ ਆਪਾਂ ਸਾਬਣ ਲਾਉਣਾ ਆ ਫੇਸ ਤੋਂ, ਅਤੇ ਉਹ ਜਿਹੜਾ ਲਾਉਣਾ ਆ ਸਾਬਣ, ਉਹ ਆਪਾਂ ਟਿਸ਼ੂ 'ਤੇ ਤਾਂ ਇਹਨੂੰ ਗਿੱਲਾ ਕਰਦੇ ਹਾਂ ਕਿ ਚੁੰਬੜ ਜਿਵੇਂ ਨਾਲ ਸੋਪ, ਨਹੀਂ ਤਾਂ ਥੱਲੇ ਡਿੱਗਦਾ ਰਹਿੰਦਾ, ਫਿਰ ਸੋਹਣਾ ਵੀ ਨਹੀਂ ਲੱਗਦਾ, ਪ੍ਰੋਫੈਸ਼ਨਲ ਨਹੀਂ ਲੱਗਦਾ, ਅਤੇ ਉੱਦਾਂ ਵੀ ਉਹ ਹੈਲਥ ਐਂਡ ਸੇਫਟੀ ਦੇ ਲਈ ਠੀਕ ਨਹੀਂ, ਕਿਉਂਕਿ ਜੇ ਪੈਰ ਪੂਰ 'ਤੇ ਆ ਕੇ ਤਿਲ ਗਏ ਤਾਂ ਸੱਟ ਚੋਟ ਲੱਗ ਸਕਦੀ ਆ। ਅਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਜੇ ਤੁਸੀਂ ਕੰਪੀਟੀਸ਼ਨ ਕਰਦੇ ਹਾਂ, ਤੁਹਾਨੂੰ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਕੰਡੀਸ਼ਨਾਂ ਰੱਖੀਆਂ ਹੁੰਦੀਆਂ ਵੀ ਤੂੰ ਇੱਕ ਪਾਸਾ ਚੂਜ਼ ਕਰ ਲਾ, ਜਿੱਧਰੋਂ ਮਰਜ਼ੀ ਤੂੰ ਸ਼ੇਵ ਕਰ, ਪਰ ਤੈਨੂੰ ਇੱਕ ਪਾਸੇ ਸਾਰੀ ਖੜ੍ਹ ਕੇ ਸਾਰੀ ਸ਼ੇਵ ਕਰਨੀ ਪੈਣੀ ਆ, ਠੀਕ ਹੈ ਜੀ। ਅਤੇ ਜੇ ਤੁਸੀਂ ਕੰਪੀਟੀਸ਼ਨ ਦੇ ਵਿੱਚ ਆ, ਫਿਰ ਤੁਸੀਂ ਫੇਸ ਨੂੰ ਇੱਧਰ ਨੂੰ ਆਪਣੇ ਵੱਲ ਨੂੰ 45 ਜਾਂ 50 ਡਿਗਰੀ 'ਤੇ ਪੂਰਾ ਇਹਨੂੰ ਘੁਮਾ ਸਕਦੇ ਹਾਂ ਕਸਟਮਰ ਦੇ ਫੇਸ ਨੂੰ, ਠੀਕ ਹੈ ਜੀ। ਅਤੇ ਦੂਸਰਾ, ਜਦੋਂ ਤੁਸੀਂ ਸ਼ੇਵ ਕਰਦੇ ਹਾਂ ਕੰਪੀਟੀਸ਼ਨ ਦੇ ਵਿੱਚ, ਜਿਹੜੀ ਹੇਅਰ ਲਾਈਨ ਹੁੰਦੀ ਨਾ ਆਪਣੀ ਵਾਲਾਂ ਦੀ, ਧੋਣ ਦੇ ਥੱਲੇ ਕਈ ਦਫ਼ਾ ਵਾਲ ਹੁੰਦੇ ਆ, ਉਹ ਪੁੱਠੇ ਉੱਗੇ ਹੁੰਦੇ ਆ, ਜੇ ਆਪਾਂ ਨੂੰ ਉਹਨਾਂ ਉਹ ਓਪੋਜ਼ਿਟ ਉਹਦੇ ਕੱਟ ਦਿੰਦੇ ਹਾਂ ਨਾ ਉਸਤਰੇ ਦੇ ਨਾਲ, ਅਤੇ ਉੱਥੇ ਖੂਨ ਨਿਕਲਣ ਲੱਗ ਪੈਂਦਾ।
ਤੇ ਜੇ ਤੁਸੀਂ ਓਪੋਜ਼ਿਟ ਕੱਟਣਾ ਆ ਕੰਪੀਟੀਸ਼ਨ ਦੇ ਵਿੱਚ ਤੁਹਾਨੂੰ ਜੱਜਸ ਨੂੰ ਦੱਸਣਾ ਪੈਂਦਾ ਵੀ ਮੈਂ ਓਪੋਜ਼ਿਟ ਕੱਟਣਾ ਅਤੇ ਸੈਂਸਿਟਿਵ ਸਕਿਨ ਆ ਇਹਦੀ ਅਤੇ ਹੋ ਸਕਦਾ ਖੂਨ ਵਗੈਰਾ ਨਿਕਲ ਜਾਏ ਅਤੇ ਜੇ ਤੁਸੀਂ ਨਹੀਂ ਦੱਸਦੇ ਤੁਸੀਂ ਡਿਸਕੁਆਲੀਫਾਈਡ ਹੋ ਜਾਂਦੇ ਆ ਸੋ ਕਈ ਟਰਮ ਐਂਡ ਕੰਡੀਸ਼ਨ ਡਿਫਰੈਂਟ ਹੁੰਦੀਆਂ ਕੰਪੀਟੀਸ਼ਨ ਦੇ ਅਕੋਰਡਿੰਗ ਪਰ ਆਪਾਂ ਤਾਂ ਸੈਲੂਨ ਦੇ ਵਿੱਚ ਕੰਮ ਕਰਦੇ ਹਾਂ ਸੋ ਇਸ ਕਰਕੇ ਇੱਥੇ ਤੁਸੀਂ ਪੂਰੀ ਕੋਸ਼ਿਸ਼ ਇਹ ਕਰਨੀ ਆ ਅੱਧੀ ਸ਼ੇਪ ਤੁਸੀਂ ਇੱਕ ਪਾਸੇ ਹੋ ਕੇ ਖੜ੍ਹੇ ਹੋ ਕੇ ਕਰੋ ਅੱਧੀ ਸ਼ੇਪ ਤੁਸੀਂ ਦੂਸਰੇ ਪਾਸੇ ਜਾ ਕੇ ਕਰੋ ਠੀਕ ਹੈ ਉਹਦੇ ਨਾਲ ਕਸਟਮਰ ਜਿਹੜਾ ਆ ਉਹ ਬਹੁਤ ਕੰਫਰਟ ਫੀਲ ਕਰਦਾ ਰਿਲੈਕਸ ਫੀਲ ਕਰਦਾ ਇੰਜੋਏ ਕਰਦਾ ਸ਼ੇਪ ਨੂੰ ਕਿਉਂਕਿ ਜਦੋਂ ਹੁਣ ਮੈਂ ਗਾਹ ਤੁਹਾਨੂੰ ਪੁਆਇੰਟ ਕਰਨਾ ਇੱਥੇ ਜਦੋਂ ਤੁਸੀਂ ਕਸਟਮਰ ਦਾ ਫੇਸ ਇੱਕਦਮ ਇੱਧਰ ਨੂੰ ਕਰ ਲੈਂਦੇ ਸਾਰਾ ਇੱਕ ਪਾਸੇ ਖੜ੍ਹੇ ਹੋ ਕੇ ਸ਼ੇਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹ ਕਸਟਮਰ ਨੂੰ ਇੰਜੋਏ ਵੀ ਨਹੀਂ ਆਉਂਦਾ ਅਤੇ ਕਸਟਮਰ ਦੀ ਧੌਣ ਦੇ ਵਿੱਚ ਟੈਂਸ ਪੈਦਾ ਹੋ ਜਾਂਦੀ ਖਿੱਚ ਪੈਦਾ ਹੁੰਦੀ ਆ ਹੋ ਸਕਦਾ ਉਹਦੇ ਦਰਦ ਵੀ ਹੁੰਦਾ ਹੋਵੇ ਠੀਕ ਹੈ ਜੀ ਸੋ ਇਸ ਕਰਕੇ ਹੁਣ ਤੁਸੀਂ ਨੋਟ ਕਰਿਓ ਇਹ ਮੈਂ ਕਸਟਮਰ ਨੂੰ ਦੱਸ ਰਿਹਾ ਨਾਲੇ ਮੈਂ ਲਿਖ ਵੀ ਦਿੱਤਾ ਆ ਅਤੇ ਨਾਲੇ ਮੈਂ ਇੱਥੇ ਤੁਹਾਨੂੰ ਦੱਸਣਾ ਇਹ ਇੱਦਾਂ ਕਸਟਮਰ ਦਾ ਫੇਸ ਕਦੀ ਨਹੀਂ ਕਰਨਾ ਜੇ ਤੁਸੀਂ ਨੋਰਮਲ ਸ਼ੇਪ ਘਰ ਦੇ ਵਿੱਚ ਜਾਂ ਸ਼ੋਪ ਦੇ ਵਿੱਚ ਕਰਦੇ ਹਾਂ ਜੇ ਕੰਪੀਟੀਸ਼ਨ ਵਿੱਚ ਆ ਫਿਰ ਇੱਦਾਂ ਕਰਨੀ ਪੈਂਦੀ ਆ ਸੋ ਇਸ ਗੱਲ 'ਤੇ ਬੜਾ ਗੌਰ ਦੇਣਾ ਠੀਕ ਹੈ ਜੀ ਅਤੇ ਬਹੁਤ ਸੌਖੀ ਆ ਤੁਸੀਂ ਪੂਰਾ ਇੰਜੋਏ ਕਰੋ ਆਪਣੀ ਸ਼ੇਪ ਨੂੰ ਕਿਉਂਕਿ ਜੇ ਤੁਸੀਂ ਨਹੀਂ ਇੰਜੋਏ ਕਰਦੇ ਤੁਹਾਡਾ ਕਸਟਮਰ ਨਹੀਂ ਇੰਜੋਏ ਕਰੂਗਾ ਤੁਸੀਂ ਥੋੜ੍ਹਾ ਥੋੜ੍ਹਾ ਇਹਦਾ ਜਿਹੜਾ ਔਸਤਰੇ ਨਾਲ ਸਾਬਣ ਲਾਉਂਦੇ ਆਪਾਂ ਇਹ ਥੋੜ੍ਹਾ ਥੋੜ੍ਹਾ ਲਾਓ ਇੰਜੋਏ ਕਰੋ ਰਸ਼ ਨਾ ਕਰੋ ਪਰ ਇੱਕ ਮੈਂ ਤੁਹਾਨੂੰ ਨਾਲ ਨਾਲ ਗੱਲ ਇਹ ਵੀ ਦੱਸ ਦੇਵਾਂ ਦੋਸਤੋ ਜੇ ਤੁਹਾਨੂੰ ਲੱਗਦਾ ਨਾ ਵੀ ਇੱਧਰਲੇ ਪਾਸੇ ਆ ਕੇ ਬਲੇਡ ਥੋੜ੍ਹਾ ਜਿਹਾ ਖੁੰਡਾ ਹੋ ਗਿਆ ਥੋੜ੍ਹਾ ਜਿਹਾ ਵੋਨ ਹੋ ਗਿਆ ਤਾਂ ਤੁਸੀਂ ਨਵਾਂ ਬਲੇਡ ਲਾ ਲਓ ਪਰ ਮੈਂ ਕੀ ਕਰਦਾ ਹੁੰਦਾ ਮੈਂ ਹਮੇਸ਼ਾ ਹੀ ਜੇ ਮੈਂ ਇੱਕ ਬਲੇਡ ਦੇ ਨਾਲ ਸਾਰੇ ਪਾਸੇ ਸ਼ੇਵ ਕਰ ਦੇਣੀ ਹੈ ਤਾਂ ਮੈਂ ਮੁੱਛਾਂ 'ਤੇ ਹਮੇਸ਼ਾ ਹੀ ਨਵਾਂ ਬਲੇਡ ਲਾਉਂਦਾ ਹਾਂ ਠੀਕ ਹੈ ਜੀ ਅਤੇ ਹੁਣ ਤੁਸੀਂ ਇੱਥੇ ਖੋਚੀ ਨੋਟ ਕਰਿਓ ਕਦੀ ਵੀ ਜੋ ਤੁਸੀਂ ਚਿੰਨ ਠੋਡੀ 'ਤੇ ਜਾਂ ਮੁੱਛਾਂ 'ਤੇ ਬਲੇਡ ਲਾਉਣਾ ਆ ਤੁਸੀਂ ਸਾਬਣ ਲਾ ਦੇਣਾ ਆ ਵਾਈਪ ਆਊਟ ਕਰ ਦੇਣਾ ਆ ਤੌਲੀਏ ਦੇ ਨਾਲ ਤੁਸੀਂ ਦੇਖ ਸਕਦੇ ਇੱਥੇ ਇੱਥੇ ਵੀ ਮੈਂ ਵਾਈਪ ਆਊਟ ਕਰ ਦਿੱਤਾ ਸਾਰਾ ਸਾਬਣ ਠੀਕ ਹੈ ਜੀ ਉਹਦਾ ਕਾਰਨ ਇਹ ਆ ਕਿਉਂਕਿ ਠੋਡੀ 'ਤੇ ਮੁੱਛਾਂ 'ਤੇ ਜਿਹੜਾ ਵਾਲ ਹੁੰਦੇ ਆ ਉਹ ਕਾਫੀ ਥੋੜ੍ਹੇ ਜਿਹੇ ਮੋਟੇ ਹੁੰਦੇ ਆ ਅਤੇ ਜੇ ਤੁਸੀਂ ਸਾਬਣ ਦੇ ਨਾਲ ਹੀ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਫਿਰ ਹੋ ਸਕਦਾ ਕਈ ਦਫ਼ਾ ਸਪੀਡ ਵੱਧ ਘੱਟ ਹੋ ਜਾਂਦੀ ਆ ਸਾਬਣ ਦੇ ਨਾਲ ਉਸਤਰੇ ਦੀ ਅਤੇ ਕੱਟ ਹੋਣ ਦੇ ਜ਼ਿਆਦਾ ਚਾਂਸਿਸ ਬਣ ਜਾਂਦੇ ਆ ਸੋ ਇਸ ਕਰਕੇ ਤੁਸੀਂ ਇੱਥੇ ਠੋਡੀ 'ਤੇ ਤਾਂ ਮੁੱਛਾਂ 'ਤੇ ਨਵਾਂ ਬਲੇਡ ਯੂਜ਼ ਕਰੋ ਇਹ ਮੇਰੀ ਰਿਕਮੈਂਡੇਸ਼ਨ ਆ ਹਰ ਬਾਰਬਰ ਨੂੰ ਜੇ ਤੁਸੀਂ ਇੱਥੇ ਨਵਾਂ ਬਲੇਡ ਯੂਜ਼ ਕਰਦੇ ਆ ਤਾਂ ਦੁੱਖ ਘੱਟ ਲੱਗਦਾ ਕਿਉਂਕਿ ਵਾਲ ਮੋਟੇ ਹੁੰਦੇ ਆ ਠੀਕ ਹੈ ਜੀ ਅਤੇ ਪਾਣੀ ਜ਼ਰੂਰ ਲਾਉਣਾ ਪਾਣੀ ਕੋਸ਼ਿਸ਼ ਕਰਨੀ ਆ ਆਪਣੇ ਟੈਂਪਰੇਚਰ ਦੇਖਣਾ ਤੁਸੀਂ ਮੌਸਮ ਦੇਖਣਾ ਵੀ ਜੇ ਠੰਡਾ ਆ ਤਾਂ ਜ਼ਿਆਦਾ ਪਾਣੀ ਥੋੜ੍ਹਾ ਜਿਹਾ ਗਰਮ ਯੂਜ਼ ਕਰੋ ਅਤੇ ਜੇ ਤੁਹਾਨੂੰ ਲੱਗਦਾ ਵੀ ਯਾਨੀ ਕਿ ਹਮੇਸ਼ਾ ਹੀ ਟੈਂਪਰੇਚਰ ਦੇ ਹਿਸਾਬ ਦੇ ਨਾਲ ਪਾਣੀ ਯੂਜ਼ ਕਰੋ ਠੀਕ ਹੈ ਜੀ ਅਤੇ ਜਦੋਂ ਵੀ ਤੁਸੀਂ ਮੁੱਛ ਕਰਨੀ ਆ ਕਸਟਮਰ ਨੂੰ ਹਮੇਸ਼ਾ ਕਹਿ ਦੇਣਾ ਵੀ ਡੋਂਟ ਚੇਂਜ ਯੂਰ ਪੋਜੀਸ਼ਨਸ ਪਲੀਜ਼ ਇਹਦਾ ਮਤਲਬ ਇਹ ਆ ਵੀ ਇਹ ਨਹੀਂ ਵੀ ਤੂੰ ਬੁੱਲ ਥੱਲੇ ਨੂੰ ਖਿੱਚ ਲਵੇਂ ਮੇਰੇ ਪੁੱਛੇ ਤੋਂ ਬਗੈਰ ਜਾਂ ਮੂੰਹ ਟੇਢਾ ਮੇਢਾ ਕਰ ਲਵੇਂ ਕਿਉਂਕਿ ਇਹ ਹਮੇਸ਼ਾ ਹੀ ਕਸਟਮਰ ਨੂੰ ਪਹਿਲਾਂ ਤੁਸੀਂ ਵੋਨ ਕਰ ਦਿਓ ਜੇ ਮੈਂ ਕਹੂੰਗਾ ਮੂੰਹ ਥੱਲੇ ਨੂੰ ਬੁੱਲ ਥੱਲੇ ਖਿੱਚਣ ਨੂੰ ਤਾਂ ਖਿੱਚੀ ਨਹੀਂ ਤਾਂ ਚੁੱਪ ਕਰਕੇ ਬੈਠਾ ਰਹਿ ਮੈਂ ਆਪੇ ਆਪਣਾ ਕੰਮ ਸਾਰਾ ਕਰ ਲੈਣਾ ਠੀਕ ਹੈ ਜੀ ਦੈਟਸ ਇਟ ਪੂਰਾ ਤੁਸੀਂ ਇੰਜੋਏ ਕਰੋ ਅਤੇ ਇੰਜੋਏ ਕਰਾਂਗੇ ਤਾਂ ਕਸਟਮਰ ਵੀ ਇੰਜੋਏ ਕਰੂਗਾ ਅਤੇ ਜਿਹਦੇ ਵੀ ਪ੍ਰੋਡਕਟ ਇੱਥੇ ਆਪਾਂ ਯੂਜ਼ ਕੀਤੇ ਆ ਇੱਥੇ ਬਾਅਦ ਵਿੱਚ ਅਸੀਂ ਐਲਮ ਓਇਲ ਯੂਜ਼ ਕਰਨਾ ਉਹ ਹੁੰਦਾ ਸਕਿਨ 'ਤੇ ਕੋਈ ਵੀ ਸਪੋਟ ਵਗੈਰਾ ਹੋਵੇ ਜਾਂ ਸਾੜ ਪੈਂਦਾ ਹੋਵੇ ਸਕਿਨ 'ਤੇ ਉਹ ਬਹੁਤ ਪ੍ਰੋਟੈਕਟ ਕਰਦਾ ਉਸ ਚੀਜ਼ ਨੂੰ ਕਈ ਦਫ਼ਾ ਕਿਸੇ ਨੇ ਸ਼ੇਵ ਸ਼ੂਵ ਕਰਾ ਕੇ ਵਿਆਹ ਸ਼ਾਦੀ 'ਤੇ ਜਾਣਾ ਹੁੰਦਾ ਅਤੇ ਜੇ ਖੂਨ ਵਗੈਰਾ ਨਿਕਲਦਾ ਆ ਜਾਂ ਮਾੜਾ ਮੋਟਾ ਕਈ ਦਫ਼ਾ ਹੋ ਜਾਂਦਾ ਆ ਸੈਂਸਿਟਿਵ ਸਕਿਨ ਦੇ ਵਿੱਚ ਮਾੜੇ ਮੋਟੇ ਸਪੋਟਸ ਜਿਹੜੇ ਸ਼ੈਲ ਹੋ ਜਾਂਦੇ ਖੂਨ ਨਿਕਲਣ ਲੱਗ ਪੈਂਦਾ ਅਤੇ ਜ਼ਰੂਰ ਕੋਸ਼ਿਸ਼ ਕਰੋ ਐਲਮ ਪਹਿਲਾਂ ਐਲਮ ਸਟੋਨ ਯੂਜ਼ ਕਰੋ ਐਲਮ ਸਟੋਨ ਨੂੰ ਪੰਜਾਬੀ 'ਚ ਫਟਕੜੀ ਕਹਿ ਦਿੰਦੇ ਆ ਠੀਕ ਹੈ ਜੀ ਉਹ ਯੂਜ਼ ਕਰਕੇ ਫਿਰ ਐਲਮ ਓਇਲ ਜਿਹੜਾ ਅੱਜ ਕੱਲ੍ਹ ਸਪੈਸ਼ਲ ਆ ਰਿਹਾ ਤੁਸੀਂ ਉਹ ਜ਼ਰੂਰ ਯੂਜ਼ ਕਰੋ ਉਹਦੇ ਨਾਲ ਕਸਟਮਰ ਦੇ ਮਾੜਾ ਮੋਟਾ ਸਾੜ ਤਾਂ ਪੈਂਦਾ ਆ ਕਿਉਂਕਿ ਥੋੜ੍ਹਾ ਲੜਦਾ ਵੀ ਆ ਪਰ ਬਹੁਤ ਜ਼ਿਆਦਾ ਪ੍ਰੋਟੈਕਟ ਕਰਦਾ ਸੈਂਸਿਟਿਵ ਸਕਿਨ ਨੂੰ ਅਤੇ ਜੇ ਉਹਦੇ ਬਰਨ ਵਗੈਰਾ ਹੁੰਦਾ ਆ ਜਾਂ ਖੂਨ ਵਗੈਰਾ ਨਿਕਲਦਾ ਇੱਕਦਮ ਬੰਦ ਹੋ ਜਾਂਦਾ ਵੈਰੀ ਗੁੱਡ ਅਤੇ ਸ਼ੇਵ ਕਰਨ ਤੋਂ ਬਾਅਦ ਤੁਸੀਂ ਪੂਰੀ ਕੋਸ਼ਿਸ਼ ਕਰਨੀ ਕਿ ਕਸਟਮਰ ਨੂੰ ਥੋੜ੍ਹਾ ਜਿਹਾ ਪੁੱਛਣਾ ਵੀ ਆ ਤੂੰ ਇੰਜੋਏ ਕੀਤਾ ਕਿ ਨਹੀਂ ਕੀਤਾ ਜਾਂ ਸਾਡੀ ਕੁਆਲਿਟੀ ਦੇ ਵਿੱਚ ਕੋਈ ਵੀ ਇੱਦਾਂ ਦੀ ਗੱਲਬਾਤ ਰਹਿ ਗਈ ਜਿਹੜੀ ਅਸੀਂ ਪੂਰੀ ਤੈਨੂੰ ਸਰਵਿਸ ਨਹੀਂ ਦੇ ਸਕੇ ਉਹ ਸਾਨੂੰ ਜ਼ਰੂਰ ਦੱਸ ਅਤੇ ਹੁਣ ਮੈਂ ਐਲਮ ਓਇਲ ਜਿਹੜਾ ਯੂਜ਼ ਕਰਦਾ ਤੁਸੀਂ ਦੇਖ ਸਕਦੇ ਹਾਂ ਅਤੇ ਇਹਦੀ ਚੰਗੀ ਤਰ੍ਹਾਂ 2 ਮਿੰਟ ਮਸਾਜ ਕਰਕੇ ਅਤੇ ਫਿਰ ਤੁਸੀਂ ਹੌਟ ਟਾਵਲ ਦੁਬਾਰਾ ਫੇਲਾ ਦੇਣਾ ਠੀਕ ਹੈ ਜੀ
ਅਤੇ ਬਹੁਤ ਸੌਖਾ ਆ। ਕੋਈ ਵੀ ਗੱਲਬਾਤ ਹੋਵੇ ਮੈਂ ਹਮੇਸ਼ਾ ਦੀ ਤਰ੍ਹਾਂ ਕਹਿੰਦਾ ਹੁੰਦਾ, ਪਲੀਜ਼ ਸਾਨੂੰ ਮੈਸੇਜ ਕਰੋ, ਮੈਂ ਉਹਦੀ ਰਿਪਲਾਈ ਜ਼ਰੂਰ ਕਰੂੰਗਾ। ਹੋਟ ਟਬਲ ਵੀ ਜਦੋਂ ਯੂਜ਼ ਤੁਸੀਂ ਕਰਦੇ ਆ ਉਹਦਾ ਵੀ ਟੈਂਪਰੇਚਰ ਪਲੀਜ਼ ਜ਼ਰੂਰ ਚੈੱਕ ਕਰੋ, ਕਿਉਂਕਿ ਗਰਮ ਗਰਮ ਟਾਵਲ ਰੱਖਣ ਦੇ ਨਾਲ ਸਕਿੰਨ ਕਈ ਦਫ਼ਾ ਸੜਨ, ਮਤਲਬ ਸੇਕ ਜ਼ਿਆਦਾ ਲੱਗ ਜਾਂਦਾ ਸਕਿੰਨ ਨੂੰ, ਠੀਕ ਹੈ ਜੀ। ਅਤੇ ਟੈਂਪਰੇਚਰ ਨੂੰ ਪੂਰਾ ਤੁਸੀਂ ਸੈੱਟ ਕਰਕੇ ਕਸਟਮਰ ਦੇ ਮੂੰਹ 'ਤੇ ਰੱਖੋ, ਅਤੇ ਕਸਟਮਰ ਨੂੰ ਦੱਸ ਵੀ ਦਿਓ, ਜਦੋਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਜੇ ਜ਼ਿਆਦਾ ਗਰਮ ਹੋਵੇ ਤਾਂ ਪਲੀਜ਼ ਮੈਨੂੰ ਸ਼ਾਊਟ ਕਰ ਦੇਈਂ, ਮੈਨੂੰ ਮਾੜਾ ਜਿਹਾ ਉੱਚੀ ਦੇਣੀ ਕਹਿ ਦੇਈਂ ਵੀ ਲਾ ਦੇ ਗਰਮ ਜ਼ਿਆਦਾ ਆ। ਹਲਕਾ ਹਲਕਾ ਨਾਲ ਮਸਾਜ ਕਰੋ, ਅਤੇ ਜਿੰਨਾ ਵੀ ਕਰ ਸਕਦੇ ਹਾਂ, ਇਹਦੇ ਨਾਲ ਕਸਟਮਰ ਜ਼ਿਆਦਾ ਰਿਲੈਕਸ ਹੁੰਦਾ, ਦੈਟਸ ਇਟ। ਸਕਿੰਨ ਜ਼ਿਆਦਾ ਥੋੜ੍ਹੀ ਬਾਹਰ ਨੂੰ ਨਿਕਲਣ ਦੇ ਹੋਲ ਜਿਹੜੇ ਸਕਿੰਨ ਦੇ ਖੁੱਲ੍ਹ ਜਾਂਦੇ ਆ, ਅਤੇ ਪੂਰਾ ਜਿਹੜਾ ਵੀ ਆਪਾਂ ਕੰਮ ਕਰਦੇ ਹਾਂ ਉਹ ਅੰਦਰ ਤੱਕ ਸਕਿੰਨ ਦੇ ਉਹ ਓਇਲ ਕੀ ਜਾਂ ਕੁਛ ਵੀ ਜਾਂਦਾ ਨਾਲ। ਆਫਟਰ ਸ਼ੇਵ ਮਾਰ ਕੇ ਤੁਸੀਂ ਕਸਟਮਰ ਨੂੰ ਪੁੱਛੋ ਕਿੱਦਾਂ ਲੱਗਾ, ਕਿੱਦਾਂ ਨਹੀਂ ਲੱਗਾ, ਦੈਟਸ ਇਟ।